ਮੈਂ ਸਿਰਫ ਜਦੋਂ ਕੈਮਰੇ ਸਾਹਮਣੇ ਹੁੰਦਾ ਉਦੋਂ ਐਕਟਿਵ ਹੁੰਦਾ, ਕਦੇ ਤੇ ਜੇ ਆਮ ਜ਼ਿੰਦਗੀ ਚ ਮੈਂ ਸਤਿ ਸ਼੍ਰੀ ਅਕਾਲ ਦੀ ਕਰਕੇ ਐਨ ਸ਼ਾਂਤ ਹੋ ਕੇ ਬਹਿ ਜਾਂਦਾ, ਨਾ ਮੈਂ ਕਿਸੇ ਦੀਆਂ ਅੱਖਾਂ ਚ ਅੱਖਾਂ ਪਾ ਕੇ ਜ਼ਿਆਦਾ ਗੱਲ ਕਰ ਸਕਦਾ, ਕੁੜੀ ਦੀਆਂ ਤੇ ਬਿਲਕੁਲ ਨਹੀਂ। ਗਿੱਪੀ ਗਰੇਵਾਲ ਨਾਲ ਸੈੱਟ ਤੇ ਹੋਈ ਕੋਈ ਸ਼ਰਾਰਤ ਦੱਸ ਦਿਓ। ਹਾਂਜੀ ਫੇਰ ਦੀਦਾਰ ਕਿਵੇਂ ਹੋ? ਬਹੁਤ ਵਧੀਆ ਜੀ। ਕਿੱਦਾਂ ਚੱਲੀ ਜਾਂਦਾ? ਕਿਆ ਚੱਲ ਰਿਹਾ? ਮੈਂ ਆ ਸੁਰੀਲੀ ਤੇ ਮੈਂ ਨਾ ਅੱਜ ਤੁਹਾਨੂੰ ਆਪਣੇ ਟੇਪ ਰਿਕਾਰਡਰ ਵਿੱਚ ਇੱਕ ਟੇਪ ਦਾ ਹਿੱਸਾ ਬਣਾਉਣ ਆਈ ਆ ਜੀ। ਕੁਝ ਗੱਲਾਂ ਕਰਾਂਗੇ ਤੇ ਕੁਝ ਹਾਸੇ ਪਾਵਾਂਗੇ ਜੀ। ਤਿਆਰ ਹੋ ਗਏ? ਬਿਲਕੁਲ ਤਿਆਰ ਹਾਂ। ਅੱਛਾ ਦੀਦਾਰ ਗਿੱਲ ਨੇ ਸਭ ਤੋਂ ਵੱਧ ਕੰਮ ਕਿਸ ਕਲਾਕਾਰ ਨਾਲ ਕੀਤਾ? ਐਮੀ ਵਿਰਕ ਭਾਜੀ ਨੇ। ਫਿਰ ਛੇਤੀ ਛੇਤੀ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਯਾਰ ਤੁਸੀਂ ਉਹਨਾਂ ਨਾਲ ਰਹਿ ਕੇ ਨਾ ਤੰਗ ਕਰ ਦਿੱਤੀ ਆ ਤੁਹਾਨੂੰ। ਭਾਜੀ ਨਹੀਂ ਭਾਜੀ, ਕਿਸੇ ਕੋਲੋਂ ਤੰਗ ਕਰਦੇ ਨਹੀਂ, ਉਹਨਾਂ ਨੂੰ ਕਿਹੜੀ ਗੱਲ ਹੈ ਜੀ ਦੱਸਾਂ। ਉਦਾਂ ਬਹੁਤ ਬੈਸਟ ਇਨਸਾਨ ਨੇ ਔਰ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਆਮ ਜ਼ਿੰਦਗੀ ਚ ਵੀ ਤੇ ਸਿਨੇਮੇ ਨਾਲ ਰਿਲੇਟ ਵੀ। ਸੋ ਸੈਕਿੰਡ ਫੇਅਰ ਐਮੀ ਵਿਰਕ ਭਾਜੀ ਤੇ ਗਿੱਪੀ ਗਰੇਵਾਲ ਬਾਈ ਜੀ ਨੂੰ। ਹੁਣ ਤੁਹਾਨੂੰ ਮੈਨੂੰ ਇੱਕ ਲਾਈਨ ਦੇਣੀ ਹੈ ਜਿਹੜੀ ਵੀ ਕਲਾਕਾਰ ਦਾ ਮੈਂ ਨਾਮ ਲਵਾਂਗੀ ਉਹਨਾਂ ਦੀ। ਸਭ ਤੋਂ ਪਹਿਲਾਂ ਯੋਗਰਾਜ ਜੀ। ਯੋਗਰਾਜ ਜੀ ਮਤਲਬ ਨੇਚਰ ਵਾਈਜ਼ ਬਹੁਤ ਨਾਈਸ ਨੇ ਤੇ ਪਰ ਵੇਖਣ ਨੂੰ ਜਿੱਦਾਂ ਉਹ ਆਮ ਸਿੰਗਰ ਇਕੱਲੇ ਕਿਤੇ ਬੈਠੇ ਹੁੰਦੇ ਤੇ ਲੱਗਦਾ ਆ ਵੀ ਇਹਨਾਂ ਦੇ ਕੋਲ ਜਾਣ ਤੋਂ ਥੋੜ੍ਹਾ ਜਿਹਾ ਇੱਦਾਂ ਬੰਦਾ ਘਬਰਾਉਂਦਾ ਆ, ਡਰਦਾ ਆ ਵੀ ਇਹਨਾਂ ਦੀ ਲੁੱਕ ਜਾਂ ਵੇਖ ਕੇ ਲੱਗਦਾ ਵੀ ਗੁੱਸੇ ਵਾਲੇ ਹੋਣਗੇ ਬਹੁਤ, ਪਰ ਐਕਚੁਅਲ 'ਚ ਉੱਦਾਂ ਦੇ ਹੈ ਨਹੀਂ, ਬਹੁਤ ਨਾਈਸ ਨੇ। ਗੁਰਪ੍ਰੀਤ ਘੁੱਗੀ। ਬਹੁਤ ਵਧੀਆ ਇਨਸਾਨ, ਬਾ ਕਮਾਲ ਔਰ ਮੈਂ ਤਾਂ ਬਹੁਤ ਟਾਈਮ ਤੋਂ ਬੇਸਿਕਲੀ ਉਹਨਾਂ ਨੂੰ ਫੋਲੋ ਕਰਦਾ ਜਦੋਂ ਟੇਪਾਂ ਆਉਂਦੀਆਂ ਸੀਗੀਆਂ। ਸੋ ਮਿਲਣ ਦਾ ਮੇਰਾ ਹੁਣ ਹੀ ਸਬੱਬ ਬਣਿਆ ਥੋੜ੍ਹਾ ਜਿਹਾ ਸਮਾਂ ਪਹਿਲਾਂ ਹੀ, ਕੋਈ ਮਹੀਨਾ 10 ਦਿਨ ਪਹਿਲਾਂ ਹੀ। ਸੋ ਬਹੁਤ ਕਮਾਲ ਦੇ ਬੰਦੇ ਨੇ ਔਰ ਮੈਨੂੰ ਜ਼ਿੰਦਗੀ 'ਚ ਅੱਗੇ ਚੱਲਣ ਲਈ ਬਹੁਤ ਸਾਰੀਆਂ ਗੱਲਾਂ ਦੱਸੀਆਂ ਉਹਨਾਂ ਨੇ। ਸਰਗੁਣ ਮਹਿਤਾ। ਬਹੁਤ ਵਧੀਆ ਨੇ, ਉਹਨਾਂ ਨਾਲ ਮੈਂ ਆਲਰੇਡੀ ਫਿਲਮ ਕੀਤੀ ਹੈ, ਕੰਮ ਕਰ ਚੁੱਕਾ ਉਹਨਾਂ ਦੇ ਨਾਲ ਅਤੇ ਜੱਟ ਨੂੰ ਚਲੇ ਤੱਕ ਹੀ ਪਾਉਣੀ ਹੈ ਜੀ ਅਪਕਮਿੰਗ ਹੈ। ਬਹੁਤ ਵਧੀਆ ਨੇਚਰ ਉਹਨਾਂ ਦੇ, ਨਾਈਸ ਨੇ। ਬੀਨੂ ਢਿੱਲੋਂ। ਭਾਜੀ ਨਾਲ ਮੈਂ ਕੰਮ ਨਹੀਂ ਕੀਤਾ ਅਜੇ ਪਰ ਮੈਂ ਫੈਨ ਹਾਂ ਉਹਨਾਂ ਦਾ ਅਤੇ ਬਹੁਤ ਵਧੀਆ ਇਨਸਾਨ ਨੇ। ਉੱਦਾਂ ਬਹੁਤ ਵਾਰੀ ਮਿਲਿਆ ਮੈਂ ਆਮ ਜ਼ਿੰਦਗੀ 'ਚ, ਫੋਨ 'ਤੇ ਵੀ ਕਦੀ ਕਦੀ ਗੱਲ ਹੋ ਜਾਂਦੀ ਆ। ਸੋ ਮਤਲਬ ਕੰਮ ਨਹੀਂ ਕੀਤਾ ਅਜੇ ਪਰ ਵਧੀਆ ਇਨਸਾਨ ਨੇ। ਗਿੱਪੀ ਗਰੇਵਾਲ। ਬਹੁਤ ਘੈਂਟ ਆ, ਫਨੀ ਭਾਜੀ, ਆਲਵੇਜ਼ ਸੈੱਟ 'ਤੇ ਬਹੁਤ ਸ਼ਰਾਰਤਾਂ ਕਰਦੇ ਆ ਐਂਡ ਹਰੇਕ ਨੂੰ ਬਹੁਤ ਪਿਆਰ ਕਰਦੇ ਆ, ਲਾਈਕ ਕਦੀ ਕਿਸੇ ਨੂੰ ਆਪਣਾਪਨ ਨਹੀਂ ਮਹਿਸੂਸ ਹੋਣ ਦਿੰਦੇ, ਵਧੀਆ ਨੇਚਰ ਨੇ। ਗਿੱਪੀ ਗਰੇਵਾਲ ਨਾਲ ਸੈੱਟ 'ਤੇ ਹੋਈ ਕੋਈ ਸ਼ਰਾਰਤ ਦੱਸ ਦਿਓ। ਉਹ ਬਹੁਤ ਸ਼ਰਾਰਤਾਂ ਭਾਜੀ, ਬਹੁਤ ਸ਼ਰਾਰਤੀ ਆ, ਬਹੁਤ ਸ਼ਰਾਰਤਾਂ ਕਰਦੇ ਨੇ ਔਰ ਆਲਮੋਸਟ ਡਾਇਰੈਕਟਰ ਜਿਹੜੇ ਹੁੰਦੇ ਆ ਫਿਲਮ ਦੇ, ਕੋਈ ਨਾ ਕੋਈ ਉਹ ਰਿਐਕਸ਼ਨ ਐਕਸ਼ਨ ਜਾਣ ਬੋਲੀ ਕੇ ਨਾਲ ਦੇ ਕੋ ਆਰਟਿਸਟ ਨੂੰ ਦੱਸ ਦਿੰਦੇ ਵੀ ਉਹਨੂੰ ਸਿਰਫ ਪਰੇਸ਼ਾਨ ਕਰ ਲਈ ਇਹ ਗੱਲ ਕਰਨੀ ਹੈ। ਸੋ ਬਹੁਤ ਸਤਾਉਂਦੇ ਨੇ, ਮਤਲਬ ਇੱਦਾਂ ਦੀਆਂ ਸ਼ਰਾਰਤਾਂ, ਉਹਨਾਂ ਦਾ ਦਿਮਾਗ ਜਿਹੜਾ ਨੋਟੀ ਬਹੁਤ ਚੱਲਦਾ ਭਾਜੀ ਦਾ। ਰਾਜ ਧਾਲੀਵਾਲ ਤੇ ਬਹੁਤ, ਮੇਰਾ ਹੁਣ ਚੰਗਾ ਨਾ ਖੈਰ ਜਾਣ ਕੇ ਕਹੀ ਜਾਂਦਾ, ਮੇਰਾ ਪਤਾ ਨਹੀਂ ਐਕਸਪੀਰੀਅੰਸ ਇੱਦਾਂ ਦਾ ਰਿਹਾ, ਮੈਂ ਬਹੁਤ ਵਧੀਆ ਨੇ ਲਾਈਕ ਐਕਸ਼ਨ 'ਚ ਕੀ ਆ ਕਿ ਮੈਨੂੰ ਖਾਮੀ ਜਾਂ ਕੋਈ ਇੱਦਾਂ ਦੀ ਚੀਜ਼ ਤਾਂ ਨਹੀਂ ਕਿਸੇ 'ਚ ਲੱਗਦੀ ਵੀ ਇਹ ਜਿੰਨੇ ਆਰਟਿਸਟਾਂ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਤੁਸੀਂ ਨਾ ਲਿਆ ਨਾ, ਸੋ ਸਾਰਿਆਂ ਨੇ ਮੈਨੂੰ ਇੰਨਾ ਕੁ ਪਿਆਰ ਸਤਿਕਾਰ ਦਿੱਤਾ ਔਰ
ਬਹੁਤ ਸਾਰੇ ਲੋਕ ਕਹਿੰਦੇ ਕਿ ਫਿਲਮਾਂ ਦੇ ਵਿੱਚ ਗਰੁੱਪ ਬਣੇ ਹੁੰਦੇ ਆ ਜੀ, ਅੱਗੇ ਨਹੀਂ ਆਉਣ ਦਿੰਦੇ ਆ। ਮੈਨੂੰ ਐਂ ਲੱਗਦਾ ਕਿ ਮੈਂ ਹਰੇਕ ਨੇ ਬਾਂਹ ਫੜੀ ਵੀ ਯਾਰ ਕੰਮ ਕਰਤਾ ਜਿਹੜਾ ਹੋ ਗਿਆ ਆਪਾਂ ਤੇਰੇ ਨਾਲ ਆਏ। ਮੈਨੂੰ ਬੜਾ ਚੰਗਾ ਲੱਗ ਰਿਹਾ ਤੁਸੀਂ ਇੰਨੀਆਂ ਜ਼ਿਆਦਾ ਤਾਰੀਫਾਂ ਕਰ ਰਹੇ ਹੋ ਆਪਣੇ ਨਾਲ ਦੀਆਂ ਦੀ, ਮੇਰੇ ਨਾਲ ਵੀ ਗੱਲ ਕਰਕੇ ਤੁਹਾਨੂੰ ਚੰਗਾ ਲੱਗਿਆ ਹੋਣਾ। ਬਹੁਤ ਵਧੀਆ ਸਰੀਲੀ ਜੀ, ਤੁਹਾਡੇ ਨਾਲ ਵਧੀਆ ਲੱਗਾ, ਤੇ ਜੇ ਤੁਸੀਂ ਪ੍ਰੋਪਰ ਕੈਮਰੇ ਦੇ ਨਾਲ ਬੈਠੇ ਤੇ ਹੋਰ ਜ਼ਿਆਦਾ ਵਧੀਆ ਲੱਗਦਾ। ਹੁਣ ਤੁਸੀਂ ਕੈਮਰੇ ਦੇ ਪਿੱਛੇ ਰਹਿ ਕੇ ਸਾਰੇ ਸਵਾਲ ਕਰਦੇ ਆ ਤੇ ਉਹ ਵਧੀਆ ਹੀ ਹੈ ਵੀ। ਅੱਛਾ ਚਲੋ ਮੈਨੂੰ ਦੱਸੋ ਕੋਈ ਤਿੰਨ ਚੀਜ਼ਾਂ ਜੋ ਤੁਸੀਂ ਅਗਲੇ ਸਾਲ ਪੱਕਾ ਪੂਰੀਆਂ ਕਰੋਗੇ ਹੀ ਕਰੋਗੇ। ਫਸਟ ਕਲਾਸ ਦੇ ਵਿੱਚ ਸਫ਼ਰ ਕਰਨਾ ਹੈ, ਇੱਕ ਲੀਡ ਹੀਰੋ ਫਿਲਮ ਕਰਨੀ ਆ, ਤੇ ਇੱਕ ਜਿਹੜੀਆਂ ਮੇਰੇ ਜੀ ਖੁਦ ਵਿੱਚ ਖਾਮੀਆਂ ਨੇ ਉਹ ਸਾਰੀਆਂ ਦੂਰ ਕਰਕੇ ਚੰਗਾ ਇਨਸਾਨ ਬਣਨਾ। ਕੀ ਬਾਤ ਹੈ! ਕੋਈ ਐਸੀ ਚੀਜ਼ ਜੋ ਅੱਜ ਵੀ ਤੁਸੀਂ ਕਰਦੇ ਹੋ ਪਰ ਉਹ ਕਰਨ ਲਈ ਤੁਹਾਡੀ ਉਮਰ ਬਹੁਤ ਛੋਟੀ ਹੈ? ਮੈਂ ਸਿਰਫ ਜਦੋਂ ਕੈਮਰੇ ਸਾਹਮਣੇ ਹੁੰਦਾ ਉਦੋਂ ਐਕਟਿਵ ਹੋਣਾ, ਤੇ ਨਹੀਂ ਤੇ ਜੇ ਆਮ ਜ਼ਿੰਦਗੀ 'ਚ ਮੈਂ ਸਤਿ ਸ਼੍ਰੀ ਅਕਾਲ ਜੀ ਕਰਕੇ ਐਂ ਸ਼ਾਂਤ ਹੋ ਕੇ ਬਹਿ ਜਾਂਦਾ ਵੀ ਥੋੜ੍ਹੀ ਰਾਂ, ਅਗਲਾ ਜਿੰਨਾ ਸਵਾਲ ਕਰਦਾ ਮੈਂ ਉਨਾ ਹੀ ਜਵਾਬ ਦੇਣਾ। ਬਹੁਤ ਮੈਨੂੰ ਨਾ ਮੈਂ ਕਿਸੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਜ਼ਿਆਦਾ ਗੱਲ ਕਰ ਸਕਦਾ, ਕੁੜੀ ਦੀਆਂ ਤਾਂ ਬਿਲਕੁਲ ਹੀ ਨਹੀਂ, ਸਿਰਫ ਸਿਨੇਮੇ ਨਾਲ ਲੇਟ ਚਲੋ ਇੱਕ ਜੋਬ ਹੈ ਉਦੋਂ ਉਹਨਾਂ 'ਤੇ ਮੈਂ ਕੰਮ ਕਰਦਾ, ਅਦਰਵਾਈਜ਼ ਬਹੁਤ ਬਚਪਨ ਵਾਲਾ ਸੁਭਾਅ ਕਹਿ ਸਕਦੇ ਹਾਂ ਇਹਨੂੰ। ਅੱਛਾ ਜਾਣ ਤੋਂ ਪਹਿਲਾਂ ਨਾ ਮੈਨੂੰ ਕੋਈ ਪੰਜ ਪੰਜਾਬੀ ਫਿਲਮਾਂ ਦੱਸੋ ਜਿਹੜੀਆਂ ਮੈਨੂੰ ਪੱਕਾ ਦੇਖਣੀਆਂ ਚਾਹੀਦੀਆਂ। ਤੁਹਾਨੂੰ ਵੇਖਣੀਆਂ ਚਾਹੀਦੀਆਂ ਜਿਹੜੀਆਂ? ਹਾਂਜੀ, ਅਰਦਾਸ ਫਿਲਮ ਜ਼ਰੂਰ ਵੇਖਿਓ, ਤੁਹਾਨੂੰ ਅੰਗਰੇਜ਼ ਫਿਲਮ ਜ਼ਰੂਰ ਵੇਖਣੀ ਚਾਹੀਦੀ ਆ, ਜਿਹੜੀ ਮਸਤਾਨੇ ਫਿਲਮ ਆਈ ਆ ਹੁਣੇ ਬਹੁਤ ਕਮਾਲ ਦੀ ਸੀਗੀ, ਅਤੇ ਸਨ ਆਫ ਮਨਜੀਤ ਸਿੰਘ ਘੁੱਗੀ ਭਾਜੀ ਦੀ ਫਿਲਮ ਵੇਖਣੀ ਚਾਹੀਦੀ ਆ। ਆਜਾ ਮੈਕਸੀਕੋ ਚਲੀਏ ਡੌਂਕੀ 'ਤੇ ਸੀਗੀ, ਜਿਹੜੇ ਆਪਣੇ ਬਹੁਤ ਸਾਰੇ ਲੋਕ ਨੌਜਵਾਨ ਗਲਤ ਵੇ ਨਾਲ ਬਾਹਰ ਜਾਂਦੇ ਨੇ, ਉਹਨਾਂ ਨੂੰ ਉਹਨਾਂ 'ਤੇ ਨਿਰਧਾਰਿਤ ਸੀਗੀ। ਸੋ ਬਹੁਤ ਸੋਹਣੀਆਂ ਫਿਲਮਾਂ ਹੈ, ਵੇਖਣੀਆਂ ਚਾਹੀਦੀਆਂ ਤੁਹਾਨੂੰ ਜ਼ਰੂਰ। ਸੁਰੀਲੀ ਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਆਪਾਂ ਫੇਰ ਮਿਲਾਂਗੇ ਸੇਮ ਟਾਈਮ ਸੇਮ ਜਗ੍ਹਾ, ਤੇ ਅਗਲੀ ਵਾਰ ਤੁਸੀਂ ਮੇਰੇ ਤੋਂ ਸਵਾਲ ਪੁੱਛ ਲਿਓ। ਥੈਂਕ ਯੂ ਸੁਰੀਲੀ ਜੀ, ਸਾਨੂੰ ਬਹੁਤ ਵਧੀਆ ਲੱਗਾ ਤੁਹਾਡੇ ਸਵਾਲਾਂ ਦੇ ਜਵਾਬ ਦੇ ਕੇ, ਥੈਂਕ ਯੂ, ਮਿਹਰਬਾਨੀ। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਵੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ, ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।